ਦੀਪਸ਼ਨ ਪੁੱਤਰ ਅਮਰ ਸਿੰਘ ਨੰਬਰ ਦਾ ਪਿੰਡ ਚੋਲਪਾਲ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣੇ ਤੋਂ ਬੋਲ ਰਿਹਾ। ਅਸੀਂ ਜੱਦੀ ਬਸਤੀ ਨੰਬਰ ਦਾ ਪਿਛਲੇ 50 ਸਾਲਾਂ ਤੋਂ ਨੰਬਰਦਾਰੀ ਕਰ ਰਹੇ ਹਾਂ। ਪਿੰਡ ਦੇ ਚੰਗੇ ਵਿਕਾਸ ਵਿੱਚ ਸਾਰੇ ਨੰਬਰੇ ਇਲਾਕੇ ਕੰਮ ਕਰਦੇ ਹਾਂ। ਸਾਫ਼ ਸੁਥਰਾ ਤਹਿਸੀਲ ਦੇ ਵਿੱਚ ਸਾਰੇ ਨੰਬਰਦਾਰ ਅਸੀਂ ਕੰਮ ਕਰ ਰਹੇ ਹਾਂ। ਕੋਈ ਕਿਸੇ ਪਾਰਟੀ ਬੇਸ ਦੇ ਵਿੱਚ ਹਿੱਸਾ ਨਹੀਂ ਲੈ ਰਹੇ। ਅਸੀਂ ਚੰਗਾ ਪਿੰਡ ਦਾ ਵਿਕਾਸ ਚਾਹੁੰਦੇ ਹਾਂ। ਜੋ ਸਰਕਾਰ ਸਾਡੇ ਮਾਣ ਭੱਤੇ ਬਾਰੇ ਕੁਛ ਕਰ ਰਹੀ ਆ ਅਤੇ ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਸਾਡਾ ਮਾਣ ਭੱਤਾ ਵੀ ਵਧਾਇਆ ਜਾਵੇ। ਅਸੀਂ ਤਹਿਸੀਲ ਦੇ ਵਿੱਚ ਪੂਰਾ ਤਨ ਮਨ ਲਾ ਕੇ ਤਹਿਸੀਲਦਾਰ ਸਾਹਿਬ ਨਾਲ ਕੰਮ ਕਰ ਰਹੇ ਹਾਂ। ਸਰਾਜੀ ਲੰਬੜਦਾਰ ਦੇ ਕੀ ਅਧਿਕਾਰ ਹੁੰਦੇ ਨੇ? ਅਧਿਕਾਰ ਨੰਬਰਦਾਰ ਦੇ ਨੰਬਰਦਾਰ ਤਸਦੀਕ ਕਰਨਾ ਹੁੰਦਾ ਪਿੰਡ ਦੇ ਵਿੱਚ। ਕੋਈ ਵੀ ਕੰਮ ਹੁੰਦਾ ਤਹਿਸੀਲਦਾਰ ਸਾਹਿਬ ਦਾ ਜਾਂ ਪਾਸਪੋਰਟ ਦਾ ਪੁਲਿਸ ਦੇ ਵਿੱਚ ਕੋਈ ਕੰਮ ਹੁੰਦਾ ਅਤੇ ਉਹ ਤਸਦੀਕ ਕਰਨਾ ਨੰਬਰਦਾਰ ਦਾ ਅਧਿਕਾਰ ਹੁੰਦਾ ਜੀ। ਜੇ ਨੰਬਰਦਾਰ ਸਹੀ ਹੋਊਗਾ ਤਾਂ ਸਹੀ ਅਧਿਕਾਰ ਦੀ ਵਰਤੋਂ ਕੀਤੀ ਜਾਊ। ਪਟਵਾਰੀ ਸਾਹਿਬ ਦੇ ਕੋਈ ਵੀ ਕੰਮ ਹੁੰਦੇ ਆ ਉਹ ਪਹਿਲਾਂ ਨੰਬਰਦਾਰ ਨੂੰ ਹੀ ਪੁੱਛਦੇ ਆ। ਪਿੰਡ ਦੇ ਵਿੱਚ ਕੋਈ ਨੁਕਸਾਨ ਹੋ ਰਿਹਾ ਉਹਦਾ ਵੀ ਸਾਰਾ ਜ਼ਿੰਮੇਵਾਰੀ ਨੰਬਰਦਾਰ ਸਿਰ 'ਤੇ ਆ ਰਹੀ ਆ ਵੀ ਉਹ ਤਹਿਸੀਲਦਾਰ ਸਾਹਿਬ ਪੁੱਛਦੇ ਵੀ ਹਾਂ ਪਿੰਡ ਦੇ ਵਿੱਚ ਕੋਈ ਵੀ ਗੱਲਬਾਤ ਆ ਜੇ ਗੱਲ ਘਟਨਾ ਵਾ ਵਰਤਦੀ ਆ ਤਾਂ ਉਹ ਨੰਬਰਦਾਰ ਤਹਿਸੀਲਦਾਰ ਸਾਹਿਬ ਕੋਲ ਜਾ ਕੇ ਆਪਣਾ ਸਾਰਾ ਬਾਇਓਡਾਟਾ ਦੱਸ ਦਿੰਦੇ। ਜਿਵੇਂ ਪਹਿਲਾਂ ਤਸਦੀਕ ਕਰਦੇ ਸੀ ਨੰਬਰਦਾਰ ਸਾਹਿਬ, ਹੁਣ ਕੁਛ ਸਾਲਾਂ ਤੋਂ ਮੈਂਬਰ ਪੰਚਾਇਤ ਤਸਦੀਕ ਕਰਨ ਲੱਗ ਗਏ। ਇਹ ਅਧਿਕਾਰ ਸਿਰਫ ਨੰਬਰਦਾਰਾਂ ਕੋਲ ਹੋਣਾ ਚਾਹੀਦਾ ਜੀ, ਕਿਉਂਕਿ ਨੰਬਰਦਾਰ ਇੱਕ ਪਿੰਡ ਦਾ ਸਾਂਝਾ ਵੱਡਾ ਹੁੰਦਾ। ਇਹ ਕਿਸੇ ਵੀ ਪਾਰਟੀ ਬੇਸ ਦੇ ਵਿੱਚ ਹਿੱਸਾ ਨਹੀਂ ਲੈਂਦਾ। ਜੋ ਕਿ ਚੈਨਲ ਦਾ ਅਸੀਂ ਸਾਡੇ ਪਿੰਡ ਆਉਣ 'ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ।